ਹੈਲਮਟ ਗੈਂਗ ਦਾ ਕਹਿਰ ਲਗਾਤਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰੋਂ ਰਿਫਾਈਨਡ ਦੇ ਪੀਪੇ ਜੋ ਨੇ ਉਹ ਚੋਰੀ ਕੀਤੇ ਗਏ ਨੇ ਹੈਲਮਟ ਗੈਂਗ ਦੇ ਵੱਲੋਂ, ਅਤੇ ਘਟਨਾ CCTV 'ਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਪਹਿਲਾਂ ਤਾਂ ਇੱਕ ਸ਼ਖਸ ਆਉਂਦਾ, ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹ ਦੁਕਾਨ ਦੇ ਆਲੇ ਦੁਆਲੇ ਦੇਖਦਾ ਕਿ ਆਖਰ ਮਾਹੌਲ ਕਿਵੇਂ ਦਾ, ਅਤੇ ਫਿਰ ਉਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਜਾਂਦਾ ਅਤੇ ਕੋਈ ਛੋਟੀ ਜਿਹੀ ਚੀਜ਼ ਖਰੀਦਦਾ, ਅਤੇ ਫਿਰ ਬਾਹਰ ਆ ਕੇ ਆਪਣੇ ਨਾਲ ਦੇ ਨੂੰ ਫੋਨ ਕਰਦਾ, ਅਤੇ ਉਹ ਵੀ ਹੈਲਮਟ ਪਾ ਕੇ ਆਉਂਦਾ, ਅਤੇ ਆਉਂਦੇ ਸਾਰ ਹੀ ਜਿਹੜਾ ਪਹਿਲਾਂ ਵਾਲਾ ਸ਼ਖਸ ਹੁੰਦਾ ਉਹ ਬਾਈਕ ਨੂੰ ਸਟਾਰਟ ਕਰਕੇ ਖੜ੍ਹਾ ਹੋ ਜਾਂਦਾ, ਅਤੇ ਜੋ ਪਿੱਛੋਂ ਸ਼ਖਸ ਆਉਂਦਾ ਉਹ ਆਉਂਦੇ ਸਾਰ ਹੀ ਹੈਲਮਟ ਮੂੰਹ ਦੇ ਉੱਤੇ ਲਾਉਂਦਾ, ਅਤੇ ਨਾਲ ਦੀ ਨਾਲ ਹੀ ਦੋ ਪੀਪੇ ਰਿਫਾਈਨ ਦੇ ਚੱਕ ਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਦੁਕਾਨਦਾਰ ਦੇ ਵੱਲੋਂ ਆਪਣੇ ਪੀਪੇ ਦੇਖੇ ਜਾਂਦੇ ਨੇ ਕਿ ਉਹ ਆਪਣੀ ਜਗ੍ਹਾ 'ਤੇ ਨਹੀਂ ਹੁੰਦੇ, ਤਾਂ ਉਸਦੇ ਵੱਲੋਂ ਜਦੋਂ CCTV ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਸਾਰੀ ਘਟਨਾ ਸਾਫ਼ ਹੋ ਜਾਂਦੀ ਹੈ। ਤਾਂ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਮੋਹਾਲੀ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਹੈਲਮਟ ਗੈਂਗ ਦੇ ਕੁਝ ਮੈਂਬਰਾਂ ਨੂੰ ਕਾਬੂ ਵੀ ਕੀਤਾ ਗਿਆ, ਅਤੇ ਇਸੀ ਵਿਚਕਾਰ ਕੁਝ ਹੈਲਮਟ ਗੈਂਗ ਦੇ ਜਿਹੜੇ ਹੋਰ ਮੈਂਬਰ ਨੇ ਉਹਨਾਂ ਦੇ ਵੱਲੋਂ ਆਪਣੀ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ, ਜਿਸ ਦੇ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ। ਹੈਲਮਟ ਗੈਂਗ ਦਾ ਕਹਿਰ ਲਗਾਤਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰੋਂ ਰਿਫਾਈਨਡ ਦੇ ਪੀਪੇ ਜੋ ਨੇ ਉਹ ਚੋਰੀ ਕੀਤੇ ਗਏ ਨੇ ਹੈਲਮਟ ਗੈਂਗ ਦੇ ਵੱਲੋਂ, ਅਤੇ ਘਟਨਾ CCTV 'ਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਪਹਿਲਾਂ ਤਾਂ ਇੱਕ ਸ਼ਖਸ ਆਉਂਦਾ, ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹ ਦੁਕਾਨ ਦੇ ਆਲੇ ਦੁਆਲੇ ਦੇਖਦਾ ਕਿ ਆਖਰ ਮਾਹੌਲ ਕਿਵੇਂ ਦਾ, ਅਤੇ ਫਿਰ ਉਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਜਾਂਦਾ, ਅਤੇ ਕੋਈ ਛੋਟੀ ਜਿਹੀ ਚੀਜ਼ ਖਰੀਦਦਾ, ਅਤੇ ਫਿਰ ਬਾਹਰ ਆ ਕੇ ਆਪਣੇ ਨਾਲ ਦੇ ਨੂੰ ਫੋਨ ਕਰਦਾ, ਅਤੇ ਉਹ ਵੀ ਹੈਲਮਟ ਪਾ ਕੇ ਆਉਂਦਾ, ਅਤੇ ਆਉਂਦੇ ਸਾਰ ਹੀ ਜਿਹੜਾ ਪਹਿਲਾਂ ਵਾਲਾ ਸ਼ਖਸ ਹੁੰਦਾ ਉਹ ਬਾਈਕ ਨੂੰ ਸਟਾਰਟ ਕਰਕੇ ਖੜ੍ਹਾ ਹੋ ਜਾਂਦਾ, ਅਤੇ ਜੋ ਪਿੱਛੋਂ ਸ਼ਖਸ ਆਉਂਦਾ ਉਹ ਆਉਂਦੇ ਸਾਰ ਹੀ ਹੈਲਮਟ ਮੂੰਹ ਦੇ ਉੱਤੇ ਲਾਉਂਦਾ, ਅਤੇ ਨਾਲ ਦੀ ਨਾਲ ਹੀ ਦੋ ਪੀਪੇ ਰਿਫਾਈਨ ਦੇ ਚੱਕ ਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਦੁਕਾਨਦਾਰ ਦੇ ਵੱਲੋਂ ਆਪਣੇ ਪੀਪੇ ਦੇਖੇ ਜਾਂਦੇ ਨੇ ਕਿ ਉਹ ਆਪਣੀ ਜਗ੍ਹਾ 'ਤੇ ਨਹੀਂ ਹੁੰਦੇ, ਤਾਂ ਉਸਦੇ ਵੱਲੋਂ ਜਦੋਂ CCTV ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਸਾਰੀ ਘਟਨਾ ਸਾਫ਼ ਹੋ ਜਾਂਦੀ ਹੈ। ਤਾਂ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਮੋਹਾਲੀ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਹੈਲਮਟ ਗੈਂਗ ਦੇ ਕੁਝ ਮੈਂਬਰਾਂ ਨੂੰ ਕਾਬੂ ਵੀ ਕੀਤਾ ਗਿਆ, ਅਤੇ ਇਸੀ ਵਿਚਕਾਰ ਕੁਝ ਹੈਲਮਟ ਗੈਂਗ ਦੇ ਜਿਹੜੇ ਹੋਰ ਮੈਂਬਰ ਨੇ ਉਹਨਾਂ ਦੇ ਵੱਲੋਂ ਆਪਣੀ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ, ਜਿਸ ਦੇ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ। ਹੈਲਮਟ ਗੈਂਗ ਦਾ ਕਹਿਰ ਲਗਾਤਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰੋਂ ਰਿਫਾਈਨਡ ਦੇ ਪੀਪੇ ਜੋ ਨੇ ਉਹ ਚੋਰੀ ਕੀਤੇ ਗਏ ਨੇ ਹੈਲਮਟ ਗੈਂਗ ਦੇ ਵੱਲੋਂ, ਅਤੇ ਘਟਨਾ CCTV 'ਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਪਹਿਲਾਂ ਤਾਂ ਇੱਕ ਸ਼ਖਸ ਆਉਂਦਾ, ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹ ਦੁਕਾਨ ਦੇ ਆਲੇ ਦੁਆਲੇ ਦੇਖਦਾ ਕਿ ਆਖਰ ਮਾਹੌਲ ਕਿਵੇਂ ਦਾ, ਅਤੇ ਫਿਰ ਉਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਜਾਂਦਾ, ਅਤੇ ਕੋਈ ਛੋਟੀ ਜਿਹੀ ਚੀਜ਼ ਖਰੀਦਦਾ, ਅਤੇ ਫਿਰ ਬਾਹਰ ਆ ਕੇ ਆਪਣੇ ਨਾਲ ਦੇ ਨੂੰ ਫੋਨ ਕਰਦਾ, ਅਤੇ ਉਹ ਵੀ ਹੈਲਮਟ ਪਾ ਕੇ ਆਉਂਦਾ, ਅਤੇ ਆਉਂਦੇ ਸਾਰ ਹੀ ਜਿਹੜਾ ਪਹਿਲਾਂ ਵਾਲਾ ਸ਼ਖਸ ਹੁੰਦਾ ਉਹ ਬਾਈਕ ਨੂੰ ਸਟਾਰਟ ਕਰਕੇ ਖੜ੍ਹਾ ਹੋ ਜਾਂਦਾ, ਅਤੇ ਜੋ ਪਿੱਛੋਂ ਸ਼ਖਸ ਆਉਂਦਾ ਉਹ ਆਉਂਦੇ ਸਾਰ ਹੀ ਹੈਲਮਟ ਮੂੰਹ ਦੇ ਉੱਤੇ ਲਾਉਂਦਾ, ਅਤੇ ਨਾਲ ਦੀ ਨਾਲ ਹੀ ਦੋ ਪੀਪੇ ਰਿਫਾਈਨ ਦੇ ਚੱਕ ਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਦੁਕਾਨਦਾਰ ਦੇ ਵੱਲੋਂ ਆਪਣੇ ਪੀਪੇ ਦੇਖੇ ਜਾਂਦੇ ਨੇ ਕਿ ਉਹ ਆਪਣੀ ਜਗ੍ਹਾ 'ਤੇ ਨਹੀਂ ਹੁੰਦੇ, ਤਾਂ ਉਸਦੇ ਵੱਲੋਂ ਜਦੋਂ CCTV ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਸਾਰੀ ਘਟਨਾ ਸਾਫ਼ ਹੋ ਜਾਂਦੀ ਹੈ। ਤਾਂ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਮੋਹਾਲੀ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਹੈਲਮਟ ਗੈਂਗ ਦੇ ਕੁਝ ਮੈਂਬਰਾਂ ਨੂੰ ਕਾਬੂ ਵੀ ਕੀਤਾ ਗਿਆ, ਅਤੇ ਇਸੀ ਵਿਚਕਾਰ ਕੁਝ ਹੈਲਮਟ ਗੈਂਗ ਦੇ ਜਿਹੜੇ ਹੋਰ ਮੈਂਬਰ ਨੇ ਉਹਨਾਂ ਦੇ ਵੱਲੋਂ ਆਪਣੀ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ, ਜਿਸ ਦੇ ਕਾਰਨ ਲੋਕਾਂ ਦਾ ਭਾਰੀ
ਨੁਕਸਾਨ ਹੋ ਰਿਹਾ ਹੈ।